ਪੰਜਾਬੀ ਪੌਡਕਾਸਟ ਵਿੱਚ ਤੁਹਾਡਾ ਸਵਾਗਤ ਮੈਂ ਹਾਂ ਸੰਗਤਾਰ ਜੇ ਤੁਸੀਂ ਪੰਜਾਬੀ ਪੌਡਕਾਸਟ ਨੂੰ ਹਾਲੇ ਫੋਲੋ ਜਾਂ ਸਬਸਕ੍ਰਾਈਬ ਨਹੀਂ ਕੀਤਾ ਤੇ ਜਰੂਰ ਕਰੋ ਅੱਜ ਦੇ ਸਾਡੇ ਮਹਿਮਾਨ ਪੰਜਾਬੀ ਪੌਡਕਾਸਟ ਵਿੱਚ ਨੇ ਗੁਲਸ਼ਨ ਕੋਮਲ ਜੀ ਗੁਲਸ਼ਨ ਕੋਮਲ ਜੀ ਹੁਣਾਂ ਨੂੰ ਤੁਸੀਂ ਸਾਰੇ ਬਖੂਬੀ ਜਾਣਦੇ ਹੋ ਬਹੁਤ ਸਾਲਾਂ ਤੋਂ ਉਹ ਪੰਜਾਬੀ ਗਾਇਕੀ ਦੇ ਵਿੱਚ ਆਪਣਾ ਕੰਮ ਕਰ ਰਹੇ ਨੇ ਉਹਨਾਂ ਨੇ ਆਪਣਾ ਬੜਾ ਨਾਮ ਬਣਾਇਆ ਬਹੁਤ ਹੀ ਸ੍ਰੀਲਾ ਗਾਉਂਦੇ ਨੇ ਤੇ ਬਹੁਤ ਸਾਰੇ ਆਰਟਿਸਟਾਂ ਦੇ ਨਾਲ ਵੀ ਉਹਨਾਂ ਨੇ ਗਾਇਆ ਤੇ ਆਪਣੇ ਸੋਲੋ ਗੀਤ ਵੀ ਗਾਏ ਆ ਤੇ ਬਹੁਤ ਪੱਖੀ ਕਲਾਕਾਰ ਨੇ ਅੱਜ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਤੇ ਆਓ ਜੀ ਸ਼ੁਰੂ ਕਰਦੇ ਆ ਪੰਜਾਬੀ ਪੋਡਕਾਸਟ ਗੋਲਸ਼ਨ ਕੋਮਲ ਜੀ ਪੰਜਾਬੀ ਪੋਡਕਾਸਟ ਵਿੱਚ ਤੁਹਾਡਾ ਸਵਾਗਤ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਮੈਨੂੰ ਜੀ ਬਹੁਤ ਖੁਸ਼ੀ ਹੋਈ ਆ ਦੇਖੋ ਆਪਾਂ ਇੱਕ ਵਾਰ ਟੂਰ ਕੀਤਾ ਸੀ 96 ਦੇ ਵਿੱਚ ਹਾਂਜੀ ਇਕੱਠੇ ਆ ਬਹੁਤ بڑا ਗਰੁੱਪ ਸੀ ਸਾਡਾ ਉਦੋਂ ਹਾਂਜੀ ਹਾਂਜੀ ਜਿਹੜਾ ਤੁਹਾਡਾ ਅਟੈਚੀ ਸੀਗਾ ਨਾ ਹਾਂਜੀ ਤੇ ਉਹ ਕਿਸੇ ਨੇ ਵੀ ਨਾ ਲੋਡ ਕੀਤਾ ਮੈਨੂੰ ਉਹ ਗੱਲ ਯਾਦ ਆਈ ਆ ਹਾਂਜੀ ਅੱਛਾ ਅੱਛਾ ਤੇ ਉਹ ਵੈਨ ਆਈ ਪਤਾ ਨਹੀਂ ਕੀ ਆਇਆ ਤੇ ਉਹਦੇ ਵਿੱਚ ਉਹ ਥੱਲੇ ਪਿਆ ਤੇ ਮੈਨੂੰ ਨਾ ਮਨਿੰਦਰ ਹੁਣੇ ਕਹਿੰਦੇ ਕਹਿੰਦੇ ਯਾਰ ਗੁਲਸ਼ਨ ਕੋਮਲ ਜੀ ਹੁਣਾਂ ਦਾ ਨਾ ਅਟੈਚ ਹੀ ਤੁਸੀਂ ਆਪ ਹੀ ਜ਼ਿੰਮੇਵਾਰੀ ਲਾ ਲਓ ਇਹ ਕੋਈ ਚੱਕਦਾ ਨਹੀਂ ਮੈਂ ਕਮਲ ਨੂੰ ਕਹਿ ਤਾ ਮੈਂ ਕਿਹਾ ਕਮਲ ਇਹ ਹੁਣ ਤੇਰੀ ਜ਼ਿੰਮੇਵਾਰੀ ਆ ਗੁਲਸ਼ਨ ਕੋਮਲ ਜੀ ਹੁਣਾਂ ਦਾ ਅਟੈਚ ਹੀ ਇਹ ਕਦੇ ਪਿੱਛੇ ਨਾ ਰਹਿ ਜਾਵੇ ਉਹ ਕਹਿੰਦਾ ਠੀਕ ਆ ਤੇ ਫਿਰ ਅਸੀਂ ਉਦੋਂ ਨਾ 24 ਮੇਰਾ ਖਿਆਲ ਸ਼ੋਅ ਕੀਤੇ ਸੀ ਤੇ ਉਹ ਸਾਰੀ ਵਾਰ ਕਮਲ ਨੇ ਹੀ ਤੁਹਾਡਾ ਅਟੈਚ ਹੀ ਲੱਦਿਆ ਵਾ ਫਿਰ ਤਾਂ ਥੈਂਕ ਯੂ ਕਰਨਾ ਚਾਹੀਦਾ ਕਮਲ ਦਾ ਤੇ ਇਹ ਤੁਹਾਨੂੰ ਸ਼ੌਕ ਕਿੱਦਾਂ ਪਿਆ ਤੁਹਾਡੇ ਘਰ ਚ ਤਾਂ ਕੋਈ ਗਾਉਂਦਾ ਨਹੀਂ ਸੀ ਇਹ ਤਾਂ ਜੀ ਕੋਈ ਚਮਤਕਾਰ ਹੀ ਹੋਇਆ ਵਾ ਰੱਬ ਵੱਲੋਂ ਹੀ ਜੀ ਸਾਡੇ ਘਰ ਚ ਕੋਈ ਖਾਨਦਾਨ ਵਿੱਚ ਕੋਈ ਨੇੜੇ ਤੇੜੇ ਵੀ ਕੋਈ ਸਿੰਗਰ ਨਹੀਂ ਸੀ ਹਾਂ ਤੇ ਇਹ ਮੇਰੇ ਦੇ ਪਤਾ ਨਹੀਂ ਵਾਇਗਰੂ ਦੀ ਕਿਵੇਂ ਕਿਰਪਾ ਹੋ ਗਈ ਵੀ ਮੈਨੂੰ ਇਸ ਪਾਸੇ ਸ਼ੌਕ ਪੈ ਗਿਆ ਇਹ ਕਿੱਦਾਂ ਫਿਰ ਯਾਨੀ ਕਿ ਰੇਡੀਓ ਸੁਣ ਕੇ ਦ ਰਿਕਾਰਡ ਸੁਣਦਿਆਂ ਸੁਣਦਿਆਂ ਹਾਂਜੀ ਛੋਟੇ ਹੁੰਦਿਆਂ ਤੋਂ ਮੈਨੂੰ ਸ਼ੌਕ ਸੀਗਾ ਰੇਡੀਓ ਸੁਣਨ ਦਾ ਹੂੰ ਤੇ ਉਦੋਂ ਇੱਕ ਤਾਂ ਰੇਡੀਓ ਨਵੇਂ-ਨਵੇਂ ਚੱਲੇ ਸੀਗੇ ਹਾਂਜੀ ਤੇ ਮੇਰੇ ਡੈਡੀ ਨੇ ਫਿਲਿਪਸ ਦਾ ਰੇਡੀਓ ਲਿਆ ਕੇ ਦਿੱਤਾ ਅੱਛਾ ਤੇ ਉਹ ਇੱਕ ਤਾਂ ਨਵੇਂ-ਨਵੇਂ ਰੇਡੀਓ ਦਾ ਚਾਹ ਤੇ ਇੱਕ ਗਾਣਿਆਂ ਦਾ ਸ਼ੌਕ ਹਾਂ ਹਾਂ ਦੋ ਕੰਮ ਰਲ ਕੇ ਹਾਂ ਮੈਂ ਫਿਰ ਬਸ ਗਾਣਾ ਸੁਣਨਾ ਤੇ ਰਾਤ ਤੱਕ ਸ਼ਾਮ ਤੱਕ ਮੈਨੂੰ ਐ ਹੁੰਦਾ ਸੀ ਵੀ ਜਿਵੇਂ ਸੁਣਿਆ ਇਦਾਂ ਹੀ ਗਾ ਕੇ ਹਟਣਾ ਇੱਕ ਵਾਰ ਹਾਂ ਹਾਂ ਤੇ ਉਹ ਹੌਲੀ 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 ਕਰਦਾ ਕਰਦਾ ਜਿਵੇਂ ਚਸਕਾ ਹੀ ਪੈ ਜਾਂਦਾ ਵਾ ਵੀ ਗਾਣਾ ਸੁਣਨਾ ਤੇ ਗਾਉਣਾ ਹਾਂਜੀ 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 ਇਹ ਕੰਮ ਹੋ ਗਿਆ ਬਸ ਇਦਾਂ ਕਰਦਿਆਂ ਕਰਦਿਆਂ ਉਹ ਸ਼ੌਕ ਵਧਦਾ ਗਿਆ ਤੇ ਜਿੱਦਾਂ ਜਿੱਦਾਂ ਮੈਂ ਵੱਡੀ ਹੁੰਦੀ ਗਈ ਉਦਾਂ-ਉਦਾਂ ਸ਼ੌਕ ਵਧਦਾ ਗਿਆ ਹਾਂ ਹਾਂ ਇਹਨਾਂ ਤੁਹਾਡੀ ਤੁਹਾਡਾ ਪਰਿਵਾਰ ਕਾਫੀ ਬੜਾ ਪਰਿਵਾਰ ਆ ਹਾਂਜੀ ਜੀ ਤੇ ਤੁਸੀਂ 6 ਕਿ 7 ਭੈਣ ਭਰਾ ਹਾਂਜੀ 6 ਭੈਣ ਭਰਾ ਜੀ ਅਸੀਂ ਹਾਂਜੀ 6 ਭੈਣ ਅਸੀਂ ਵੀ 6 ਹੀ ਹਾਂ ਜੀ ਉੱਤਾਂ ਵਸ ਠੀਕ ਹੈ ਬਰਾਬਰ ਹੈ ਤੇ ਮੇਰਾ ਨੰਬਰ 5 ਆ ਤੇ ਤੁਸੀਂ ਨੰਬਰ 2 ਮੇਰਾ خیال ਹਾਂਜੀ ਜੀ ਜੀ ਤੇ ਇਹ ਤੁਹਾਡੇ ਡੈਡੀ ਹੁਣੀ ਕੀ ਕਰਤੇ ਹੁੰਦੇ ਸੀ ਪਿਤਾ ਜੀ ਮੇਰੇ ਡੈਡੀ ਜਲੰਧਰ ਦੇ ਵਿੱਚ ਇੱਕ ਆਫਿਸ ਸੀਗਾ ਫਿਲਮ ਕੰਪਨੀ ਵਾਲਿਆਂ ਦਾ ਸਰੋਜ ਪਿਕਚਰਜ਼ ਹੂੰ ਉੱਥੇ ਕੰਮ ਕਰਦੇ ਸੀਗੇ ਤਾਂ ਜਿੱਥੇ-ਜਿੱਥੇ ਫਿਲਮ ਇਹਨਾਂ ਦੇ ਆਫਿਸ ਦੀ ਜਾਂਦੀ ਸੀਗੀ ਉੱਥੇ-ਉੱਥੇ ਫਿਰ ਇਨਸਪੈਕਸ਼ਨ ਲਈ ਇਹ ਜਾਂਦੇ ਹੁੰਦੇ ਸੀ ਉਹ ਅੱਛਾ 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 ਥੀਏਟਰਾਂ ਦੇ ਵਿੱਚ हां जी हां जी ਵੀ ਜਿੱਦਾਂ ਲੁਧਿਆਣੇ ਕਿਸੇ ਥੀਏਟਰ 'ਚ ਇਹਨਾਂ ਦੇ ਸਰੋਜ ਪਿਕਚਰਸ ਵਾਲਿਆਂ ਦੀ ਫਿਲਮ ਲੱਗੀ ਹੈ। ਹਾਂ ਇਹ ਦੇਖੋ ਠੀਕ ਚੱਲਦੀ ਆ। ਹਾਂ ਜੀ ਕਿੰਨੇ ਦਿਨ ਚੱਲੀ ਕਿੰਨੇ ਹਫ਼ਤੇ ਚੱਲੀ ਕੀ ਹਿਸਾਬ ਕਿਤਾਬ ਹੈ। ਕੀ ਆਇਆ ਕੀ ਗਿਆ ਇਹ ਸਾਰਾ ਹਿਸਾਬ ਕਿਤਾਬ ਉਹ ਰੱਖਦੇ ਸੀ ਫੇਰ ਉਹ ਜਾ ਕੇ ਆਫਿਸਰਸ ਉਹਨਾਂ ਨੂੰ ਦੱਸਣਾ ਸਾਰਾ। ਹੂੰ ਪਰੇ ਥੋੜਾ ਜਿਹਾ ਤਾਂ ਫਿਰ ਹੋ ਗਿਆ ਚਲੋ ਇਦਾਂ ਹੋ ਗਿਆ ਕਿ ਤੁਹਾਡੇ ਘਰ ਵਿੱਚ ਸੰਗੀਤ ਨਹੀਂ ਵੀ ਸੀਗਾ ਪਰ ਥੋੜਾ ਜਿਹਾ ਮੀਡੀਆ ਨਾਲ ਸੰਬੰਧਤ ਤਾਂ ਸੀਗਾ ਨਾ ਪਰਿਵਾਰ ਹਾਂਜੀ ਹਾਂਜੀ ਹਾਂ ਇੰਨਾ ਸੀ ਹਾਂਜੀ ਹਾਂ ਹਾਂ ਫਿਰ ਤੁਹਾਨੂੰ ਫਿਲਮਾਂ ਦੇਖਣ ਦਾ ਵੀ ਸ਼ੌਕ ਸੀਗਾ ਪਹਿਲਾਂ ਹਿੰਦੀ ਫਿਲਮਾਂ ਕਿਦਾਂ ਫਿਲਮਾਂ ਦੇਖਣ ਦਾ ਸ਼ੌਕ ਥੋੜਾ ਥੋੜਾ ਸੀਗਾ ਪਰ ਉਦੋਂ ਤੁਹਾਨੂੰ ਪਤਾ ਮਾਹੌਲ ਇਦਾਂ ਦਾ ਸੀਗਾ ਵੀ ਕੁੜੀਆਂ ਨੇ ਫਿਲਮਾਂ ਦੇਖਦੀਆਂ ਹੁੰਦੀਆਂ ਘਰਦਿਆਂ ਨੇ ਕਹਿ ਦੇਣਾ ਕੁੜੀਆਂ ਕੀ ਕੋਈ ਵੀ ਨਹੀਂ ਕਹਿੰਦਾ ਦੇਖਦਾ ਹੁੰਦਾ ਕੋਈ ਹਾਂ ਤੇ ਇਸ ਕਰਕੇ ਬਸ ਫੇ ਸਾਨੂੰ ਵੀ ਪਾਬੰਦੀ ਹੁੰਦੀ ਸੀਗੀ ਅੱਛਾ ਜੀ ਪਰ ਜਦੋਂ ਸਾਡੇ ਡੈਡੀ ਦੀ ਫਿਲਮ ਕੋਈ ਸਾਡੇ ਕਪੂਰਥਲੇ ਸ਼ਹਿਰ ਦੇ ਵਿੱਚ ਲੱਗਣੀ ਇਹ ਘਰਚ ਤੇ ਫੇਰ ਸਾਨੂੰ ਉਹ ਆਪ ਦਿਖਾਣ ਲੈ ਜਾਂਦੇ ਹੁੰਦੇ ਸੀ ਮੈਨੂੰ ਨਾ ਕਈ ਵਾਰ ਇਹ ਲੋਕ ਬਹੁਤ ਗੱਲ ਪੁੱਛਦੇ ਆ ਕਿ ਇੱਕ ਆਰਟਿਸਟ ਵਿੱਚ ਤੇ ਆਮ ਆ ਇਨਸਾਨ ਦੇ ਵਿੱਚ ਕੀ ਫਰਕ ਹੈ ਕੀ ਫਰਕ ਹੈ ਹਾਂ ਜੀ ਤੇ ਮੈਂ ਇਹਦਾ ਨਿਚੋੜ ਇਹ ਕੱਢਿਆ ਜੀ ਕਿ ਫਰਕ ਸਿਰਫ ਇੰਨਾ ਯਾ ਕਿ ਜਿਹੜਾ ਆਰਟਿਸਟ ਆ ਜਿਹੜਾ ਕਲਾਕਾਰ ਆ ਨਾ ਜੀ ਜੀ ਉਹ ਕਿਸੇ ਵੀ ਚੀਜ਼ ਨੂੰ ਡੀਟੇਲ ਨਾਲ ਦੇਖਦਾ ਹੂੰ ਸਹੀ ਗੱਲ ਥੋੜਾ ਜਿਆਦਾ ਥੋੜਾ ਜਿਆਦਾ ਡੀਟੇਲ ਨਾਲ ਦੇਖਦਾ ਬਸ ਇੰਨਾ ਹੀ ਫਰਕ ਆ ਜਿੱਦਾਂ ਹੁਣ ਤੁਸੀਂ ਲਾ ਲਓ ਕਿ ਜੇ ਕਿਸੇ ਦੀ ਦੇਖਣ ਦੀ ਸ਼ਕਤੀ ਕਲਾਕਾਰੀ ਆ ਉਹਦੇ ਵਿੱਚ ਤਾਂ ਉਹ ਇੱਕ ਉਹ ਇੱਕ ਰੁੱਖ ਨੂੰ ਦੇਖਦਾ ਤੇ ਉਹ ਘਰ ਜਾ ਕੇ ਉਸ ਰੁੱਖ ਦੀ ਪੇਂਟਿੰਗ ਵੀ ਬਣਾ ਸਕਦਾ ਪਰ ਜਿਹੜਾ ਆਮ ਬੰਦਾ ਜੇ ਉਹਨੂੰ ਕਹੋ ਯਾਰ ਤੂੰ ਰੁੱਖ ਦੇਖਿਆ ਸੀ ਉਹਨ ਕਹਣਾ ਯਾਰ ਮੈਂ ਦੇਖਿਆ ਨਹੀਂ ਹਾਂ ਨਾ ਹਾਂ ਹਾਂਜੀ ਤੇ ਇਸੇ ਤਰੀਕੇ ਨਾਲ ਜਿਹੜੇ ਸਿੰਗਰ ਆ ਤੇ ਜਾਂ ਕੋਈ ਗਾਇਕ ਜਾਂ ਮਿਊਜ਼ਿਕ ਦਾ ਸ਼ੌਕ ਹੁੰਦਾ ਉਹ ਕੋਈ ਚੀਜ਼ ਸੁਣਦਾ ਉਹਨੂੰ ਰਿਪੀਟ ਕਰ ਸਕਦਾ ਕਿਉਂਕਿ ਉਹਨੂੰ ਉਹਨੂੰ ਡੀਟੇਲ ਨਾਲ ਸੁਣ ਲਿਆ ਜੀ ਜੀ ਸਹੀ ਜਿਹੜਾ ਜਿਹੜਾ ਆਮ ਬੰਦਾ ਆ ਉਹਨੂੰ ਤੁਸੀਂ ਪੁੱਛੋ ਤੂੰ ਆ ਗੀਤ ਸੁਣਿਆ ਸੀ ਜਦੋਂ ਆਪਾਂ ਉੱਥੇ ਬੱਸ 'ਚ ਆਉਂਦੇ ਸੀ ਉਹਨੇ ਕਹਣਾ ਧਿਆਨ ਨਹੀਂ ਦਿੱਤਾ ਹਾਂਜੀ ਬੱਸ ਮੇਰੇ ਖਿਆਲ 'ਚ ਤਾਂ ਇੰਨਾ ਕੋਈ ਫਰਕ ਆ ਹਾਂਜੀ ਫੇਰ ਤੁਹਾਡੇ ਤੁਹਾਡੇ ਹਸਬੰਦ ਮਹਿੰਦਰ ਸਿੰਘ ਹੁਣੀ ਹਾਂਜੀ ਜੀ ਉਹ ਵੀ ਕਲਾਕਾਰ ਸੀ ਅੱਗੇ ਹਾਂਜੀ ਹਾਂਜੀ ਤੇ ਉਹ ਗੀਤ ਲਿਖਦੇ ਹੁੰਦੇ ਸੀ ਹਾਂਜੀ ਤੇ ਉਹ ਜਲੰਧਰ ਰਹਿੰਦੇ ਸੀ ਕਿ ਲੁਧਿਆਣਾ ਉਹ ਲੁਧਿਆਣੇ ਕਿੱਥੇ ਰਹਿੰਦੇ ਸੀ ਉਹ ਨਹੀਂ ਜੀ ਉਹ ਉਹਨਾਂ ਦਾ ਪਿੰਡ ਸੀਗਾ ਸਾਡੇ ਕਪੂਰਥਲੇ ਦੇ ਨਾਲ ਹੀ 12 13 ਕਿਲੋਮੀਟਰ ਤੇ ਨਡਾਲਾ ਪਿੰਡ ਅੱਛਾ ਅੱਛਾ ਤੁਹਾਡਾ ਨਡਾਲਾ ਫਿਰ ਅੱਛਾ ਪਿੰਡ ਅੱਛਾ ਜੀ ਉਹ ਉੱਥੇ ਰਹਿੰਦੇ ਸੀ ਤੇ ਕਪੂਰਥਲੇ ਪਬਲਿਕ ਰਿਲੇਸ਼ਨ ਵਿੱਚ ਸਰਵਿਸ ਕਰਦੇ ਸੀ ਹੂੰ ਅੱਛਾ ਜੀ ਲੁਧਿਆਣਾ ਤਾਂ ਅਸੀਂ ਮੈਰਿਜ ਤੋਂ ਬਾਅਦ ਆਏ ਆਂ ਹੂੰ ਹੂੰ ਅੱਛਾ ਜੀ ਪਰ ਪਹਿਲਾਂ ਮੈਨੂੰ ਤੁਸੀਂ ਇਹ ਦੱਸੋ ਕਿ ਤੁਹਾਡਾ ਵਿਆਹ ਕਿੰਨੀ ਉਮਰ 'ਚ ਹੋ ਗਿਆ ਸੀ? ਅ ਮੈਂ ਸੀਗੀ ਉਦੋਂ 20 ਸਾਲ ਦੀ। ਅੱਛਾ ਜੀ ਤੇ ਲੁਧਿਆਣੇ ਕਦੋਂ ਆਏ ਆ ਫਿਰ? ਕਿੰਨੇ ਸਾਲ ਬਾਅਦ? ਲੁਧਿਆਣੇ ਅਸੀਂ ਮੈਰਿਜ ਤੋਂ ਛੇਤੀ ਆ ਗਏ ਸੀਗੇ 5-6 ਮਹੀਨੇ ਬਾਅਦ ਹੀ ਆ ਗਏ ਸੀ ਲੁਧਿਆਣੇ। ਹੂੰ ਅੱਛਾ 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 ਜੀ। ਪਰ ਮੈਨੂੰ ਉਹ ਫਿਰ ਥੋੜੀ ਜਿਹੀ ਗੱਲ ਦੱਸੋ। ਹੁਣ ਇਹ ਕਿਉਂਕਿ ਇਹ ਬਹੁਤ ਇੰਟਰਸਟਿੰਗ ਤੁਹਾਡੀ ਜ਼ਿੰਦਗੀ 'ਚ ਮੋੜ ਆਇਆ ਕਿ ਤੁਹਾਡੇ ਹਸਬੰਦ ਉਹ ਗੀਤ ਲਿਖਦੇ ਸੀ ਤੇ ਤੁਹਾਨੂੰ ਗਾਉਣ ਦਾ ਸ਼ੌਕ ਸੀ ਹਾਂਜੀ ਜੀ ਜੀ ਤੇ ਤੇ ਫਿਰ ਇੱਕ ਤੁਹਾਡੀ ਟੀਮ ਬਣ ਗਈ ਉਹ ਥੋੜਾ ਜਿਹਾ ਦੱਸੋ ਕਿ ਕਿੱਦਾਂ ਲੁਧਿਆਣੇ ਆਏ ਤੇ ਇੱਥੇ ਕੀ ਮਾਹੌਲ ਸੀ ਪਹਿਲਾਂ ਘਰ ਪਲੈਨ ਹੈ ਕਿੱਦਾਂ ਬਣੀ ਫਿਰ ਚਲੀ ਗਏ ਨਡਾਲਿਓ ਆਪਾਂ ਲੁਧਿਆਣੇ ਚਲੀ ਗਏ ਮੈਰਿਜ ਤੋਂ ਬਾਅਦ ਜਦੋਂ ਉਹਨਾਂ ਨੇ ਦੇਖਿਆ ਨਾ ਵੀ ਗਾਉਣ ਦਾ ਸ਼ੌਕ ਹੈ ਕਿਉਂਕਿ ਉਹ ਵੀ ਕੰਮ ਚੱਲਦਾ ਸੀ ਵੀ ਰੇਡੀਓ ਸੁਣਨਾ ਤੇ ਫਿਰ ਗਾਉਣਾ ਹੈ ਤੇ ਉਹਨਾਂ ਨੇ ਸੋਚਿਆ ਵੀ ਫਿਰ ਜੇ ਇੰਨਾ ਸ਼ੌਕ ਹੈ ਤਾਂ ਇਸ ਸ਼ੌਕ ਨੂੰ ਥੋੜਾ ਜਆ ਹੋਰ ਚੰਗੀ ਤਰ੍ਹਾਂ ਨਿਭਾਇਆ ਜਾ ਸਕਦਾ ਹੈ ਹਾਂਜੀ ਫਿਰ ਉਹਨਾਂ ਦਾ ਇੱਕ ਦੋਸਤ ਸੀਗਾ ਕੁਲਦੀਪ ਪਰਦੇਸੀ ਉਹ ਆਰਟਿਸਟ ਸੀ ਹੂੰ ਪੰਜਾਬੀ ਗੀਤ ਵੀ ਗਾਉਂਦਾ ਸੀ ਲੇਕਿਨ ਉਹ ਗਜ਼ਲ ਬਹੁਤ ਵਧੀਆ ਗਾਉਂਦਾ ਸੀ ਅੱਛਾ ਜੀ ਤੇ ਉਹਨਾਂ ਦੇ ਕੋਲ ਅਸੀਂ ਉਹਨਾਂ ਦੇ ਪਿੰਡ ਆਏ ਮਹੀਨਾ ਕਰ ਰਹੇ ਆ ਤੇ ਉੱਥੇ ਉਹਨੇ ਵੀ ਮੈਨੂੰ ਸੁਣਿਆ ਤੇ ਉਹਨੇ ਵੀ ਪਸੰਦ ਕੀਤਾ ਵੀ ਹਾਂ ਬਈ ਠੀਕ ਐ ਵਧੀਆ ਗਾਉਂਦੀ ਆ ਕੁੜੀ ਹਾਂਜੀ ਤਾਂ ਫੇਰ ਮੇਰੀਆਂ ਉੱਥੇ ਉਹਨਾਂ ਨੇ ਪਹਿਲੇ ਵੱਡੇ ਕਲਾਕਾਰਾਂ ਦੇ ਗਾਏ ਹੋਏ ਗੀਤ ਉਹਨਾਂ ਦੀਆਂ ਰਿਹਰਸਲਾਂ ਕਰਵਾਈਆਂ ਅੱਛਾ ਜੀ ਫੇਰ ਅਸੀਂ ਇੱਕ ਪ੍ਰੋਗਰਾਮ ਕੀਤਾ ਸਿਰਫ ਇਹ ਦੇਖਣ ਲਈ ਕਿ ਵੀ ਮੈਂ ਸਟੇਜ ਤੇ ਕੰਮ ਕਰ ਸਕਦੀ ਹਾਂ ਹਾਂ ਟੈਸਟ ਲਿਆ ਤੁਹਾਡਾ ਹਾਂ ਟੈਸਟ ਲਿਆ ਤੇ ਟੈਸਟ ਕੀ ਵੀ ਜਦੋਂ ਪਿੰਡ ਚ ਸਟੇਜ ਲੱਗੀ ਤੇ ਪਿੰਡਾਂ ਵਾਲੇ ਲੋਕਾਂ ਨੂੰ ਆਦਤ ਹੁੰਦੀ ਆ ਵੀ ਜਦੋਂ ਘਰੋਂ ਬਾਹਰ ਜਾਣਾ ਤਾਂ ਕੋਈ ਨਾ ਕੋਈ ਸੋਟੀ ਜਾਂ ਕੋਈ ਡਾਂਗ ਲੈ ਕੇ ਜਾਣਾ ਉਹ ਖਾੜਾ ਲੱਗਿਆ ਤੇ ਉਹ ਡਾਂਗਾ ਐ ਖੜੀਆਂ ਕਰਕੇ ਬੈਠੇ ਤੇ ਮੈਂ ਤਾਂ ਡਰ ਗਈ ਮੈਂ ਕਿਹਾ ਵੀ ਆ ਤਾਂ ਲੋਕੀ ਇੰਨੀਆਂ ਡਾਂਗਾ ਲਈ ਬੈਠੇ ਮੈ ਪਤਾ ਨਹੀਂ ਕੀ ਹੋਣਾ ਵਾ ਕੀ ਨਹੀਂ ਹਮਲਾ ਕਰਨ ਵਾਲੇ ਮੇਰੇ ਲਈ ਅਜੀਬ ਗੱਲ ਸੀਗੀ ਉਹ ਹਾਂਜੀ ਤਾਂ ਫੇਰ ਮੇਰੇ ਹਸਬੰਦ ਨੇ ਦੱਸਿਆ ਕਹਿੰਦੇ ਵੀ ਨਹੀਂ ਇਹ ਆਮ ਗੱਲ ਹੈ ਪਿੰਡਾਂ 'ਚ ਜਦੋਂ ਲੋਕ ਤੁਰਦੇ ਆ ਘਰੋਂ ਨਿਕਲਦੇ ਤੇ ਇਦਾਂ ਕੋਈ ਨਾ ਕੋਈ ਚੀਜ਼ ਲੈ ਕੇ ਨਿਕਲਦੇ ਆ ਤਾਂ ਇਹਦੇ ਤੋਂ ਡਰਨ ਵਾਲੀ ਕੋਈ ਗੱਲ ਨਹੀਂ ਵੀ ਆਪਾਂ ਨੂੰ ਕੁਝ ਨਹੀਂ ਕਹਿੰਦੇ ਹੂੰ ਉਦੋਂ ਅਸੀਂ ਸਟੇਜ ਲਾਈ ਆ ਤੇ ਫੇਰ ਜਣੀ ਉਹਨਾਂ ਨੂੰ ਕੌਨਫੀਡੈਂਸ ਹੋ ਗਿਆ ਵੀ ਇਹ ਸਟੇਜ ਤੇ ਕੰਮ ਕਰ ਸਕਦੀ ਹੈ ਹਾਂਜੀ ਹਾਂਜੀ ਪਰਦੇਸੀ ਨਾ ਕਿਉਂਕਿ ਮੈਨੂੰ ਇੱਡਾ ਚਾ ਚੜਿਆ ਹੋਇਆ ਸੀਗਾ ਵੀ ਮੈਂ ਗਾ ਰਹੀ ਆ ਹਾਂ ਤੇ ਉਹ ਵਸ ਸਟੇਜ ਮੇਰੀ ਪਾਸ ਹੋਈ ਤਾਂ ਸਮਝੋ ਉਹਨੂੰ ਨਾਲ ਹੀ ਮੈਂ ਪਾਸ ਹੋ ਗਈ ਵੀ ਹਾਂ ਮੈਂ ਹੁਣ ਸਟੇਜ ਤੇ ਕੰਮ ਕਰੂੰਗੀ ਹਾਂ ਉਸ ਤੋਂ ਬਾਅਦ ਅਸੀਂ ਫਿਰ ਲੁਧਿਆਣੇ ਆਏ ਅੱਛਾ ਜੀ ਲੁਧਿਆਣੇ ਆ ਕੇ ਫਿਰ ਅਸੀਂ ਅ ਦੇਖਿਆ ਬਈ ਕਿਹਨਾਂ ਦੇ ਕੋਲ ਜਾਈਏ ਮਕਾਨ ਕਰਾਏ ਤੇ ਲਿਆ ਫਿਰ ਅਸੀਂ ਨਿਰਿੰਦਰ ਬੀਬਾ ਭੈਣਜੀ ਦਾ ਸੁਣਿਆ ਫਿਰ ਅਸੀਂ ਇਹਨਾਂ ਨੂੰ ਮਿਲਣ ਆਏ ਹੂੰ ਇਹਨਾਂ ਕੋਲ ਆਇਆ ਤਾਂ ਇਹਨਾਂ ਨੇ ਮੇਰੇ ਕੋਲੋਂ ਗਾਣਾ ਵੀ ਸੁਣਿਆ ਹਾਂਜੀ ਤੇ ਮੈਨੂੰ ਫਿਰ ਸੁਣ ਕੇ ਵੀ ਉਹਨਾਂ ਨੂੰ ਵਧੀਆ ਲੱਗਿਆ ਮੈਨੂੰ ਸ਼ਾਬਾਸ਼ ਵੀ ਦਿੱਤੀ ਹਾਂ ਤੇ ਮੇਰੇ ਹਸਬੈਂਡ ਨੂੰ ਤੇ ਨਾਲ ਉਹ ਕੁਲਦੀਪ ਪ੍ਰਦੇਸੀ ਨੂੰ ਵੀ ਉਹਨਾਂ ਨੇ ਕਿਹਾ ਕਹਿੰਦੇ ਵੀ ਹਾਂ ਕੁੜੀ ਬਹੁਤ ਸੋਹਣਾ ਗਾਉਂਦੀ ਐ ਹਾਂ ਤੇ ਤੁਸੀਂ ਤਿਆਰੀ ਕਰੋ ਇਹਨਾਂ ਨੂੰ ਮਤਲਬ ਸਟੇਜ ਲਗਵਾਇਆ ਕਰੋ ਪ੍ਰੋਗਰਾਮ ਕਰਿਆ ਕਰੋ ਹੂੰ ਹੂੰ ਫੇਰ ਸਾਨੂੰ ਉਹਨਾਂ ਨੇ ਆਪਣੇ ਕੋਲ ਹੀ ਘਰ ਲੈ ਕੇ ਦਿੱਤਾ ਕਿਰਾਏ ਤੇ ਅੱਛਾ ਜੀ ਅਸੀਂ ਫਿਰ ਉਹਨਾਂ ਨੂੰ ਰੋਜ਼ ਮਿਲਣ ਜਾਣਾ ਹੂੰ ਫਿਰ ਜਦੋਂ ਉਹ ਰਿਹਰਸਲ ਕਰਦੇ ਹੁੰਦੇ ਸੀਗੇ ਤੇ ਬੈਠ ਕੇ ਦੇਖਣਾ ਉਹਨਾਂ ਨੂੰ ਸੁਣਨਾ ਵੀ ਕਿੱਦਾਂ ਗਾਉਂਦੇ ਆ ਹਾਂਜੀ 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 ਹਾਂ ਤੇ ਸਮਝੋ ਭਈ ਮੈਂ ਉਹਨਾਂ ਤੋਂ ਕਾਫੀ ਕੁਝ ਸਿੱਖਿਆ ਬਿਲਕੁਲ ਬਿਲਕੁਲ ਹਾਂਜੀ ਕਈ ਕੁਝ ਉਹਨਾਂ ਨੇ ਦੱਸਿਆ ਵੀ ਸਟੇਜ ਤੇ ਐ ਖੜੀ ਦਾ ਸਟੇਜ ਤੇ ਐ ਧਿਆਨ ਰੱਖੀ ਦਾ ਸਟੇਜ ਤੇ ਐਦਾਂ ਕਰੀ ਦਾ ਐ ਕਰੀ ਦਾ ਹਾਂਜੀ ਤੇ ਉਹੀ ਗੱਲਾਂ ਸਾਡੀਆਂ ਬਾਅਦ ਵਿੱਚ ਬਹੁਤ ਸਾਨੂੰ ਕੰਮ ਆਈਆਂ ਬਹੁਤ ਕੰਮ ਆਉਂਦੀਆਂ ਹਾਂਜੀ ਹਾਂਜੀ ਜੀ ਤੇ ਤੁਹਾਡੀ ਪਹਿਲੀ ਰਿਕਾਰਡਿੰਗ ਕਿੱਥੇ ਆ ਕੇ ਪ੍ਰੋਫੈਸ਼ਨਲ ਕਿਹੜੀ ਹੋਈ ਸੀ ਮੈਂ ਜਦੋਂ ਲੁਧਿਆਣੇ ਆਈ ਆਈ ਹਾਂ ਤੇ ਮੈਂ ਹਿੰਦੀ ਫਿਲਮ ਫਿਲਮੇ ਗੀਤ ਜ਼ਿਆਦਾ ਗਾਉਂਦੀ ਹੁੰਦੀ ਸੀ ਹੂੰ ਉਸ ਵੇਲੇ ਹਾਂ ਕਿਉਂ ਰੇਡੀਓ ਤੇ ਉਹੀ ਸਗੇ ਹਾਂ ਜੀ ਹਾਂ ਤੇ ਫਿਰ ਮੈਂ ਆਰਕੈਸਟਰੇ ਦੇ ਪ੍ਰੋਗਰਾਮ ਕਰਦੀ ਰਹੀ ਹਾਂ ਹੂੰ ਤੇ ਇੱਕ ਪੰਜਾਬੀ ਦਾ ਆਪਣੇ ਕਲਾਕਾਰ ਭਾਈ ਸੀ ਬਹੁਤ ਨਾਂ ਸੀ ਉਹਨਾਂ ਦਾ ਰਮੇਸ਼ ਰੰਗੀਲਾ ਜੀ ਉਹਨਾਂ ਦਾ ਹਟ ਗੀਤ ਸੀ ਨੈਣਪ੍ਰੀਤੋ ਦੇ ਹਾਂ ਜੀ ਹਾਂ ਜੀ ਤੇ ਉਹਨਾਂ ਦਾ ਇੱਕ ਵੱਡਾ ਭਾਈ ਸੀ ਯਸ਼ ਲੁਧਿਆਣਵੀ ਹਾਂਜੀ ਉਹਨਾਂ ਨਾਲ ਮੈਂ ਪ੍ਰੋਗਰਾਮ ਕਰਦੀ ਰਹੀ ਆ ਆਰਕੈਸਟ੍ਰੇ ਦੇ ਹੂੰ ਤੇ ਇੱਕ ਵਾਰ ਦਿੱਲੀ ਅਸੀਂ ਆਰਕੈਸਟ੍ਰੇ ਦੇ ਪ੍ਰੋਗਰਾਮ ਕਰਨ ਹੀ ਗਏ ਸੀਗੇ ਹੂੰ ਰਾਤ ਨੂੰ ਅਸੀਂ ਸ਼ੋਅ ਕੀਤਾ ਤੇ ਰਾਤ ਉੱਥੇ ਠਹਿਰੇ ਤੇ ਸਵੇਰੇ ਸਾਡਾ ਮੂਡ ਕੀ ਬਣਿਆ ਬਈ ਅਹ ਦਿੱਲੀ ਆਏ ਹੋਏ ਆ ਤੇ ਐਚ ਐਮ ਵੀ ਦਾ ਬੜਾ ਮਸ਼ਹੂਰ ਕੰਪਨੀ ਆ ਬੜਾ ਨਾਂ ਹੈ ਹੂੰ ਵੀ ਅਸੀਂ ਅਹ ਦੇਖਣ ਚੱਲੀਏ ਹਾਂਜੀ ਅਸੀਂ ਉਹਨਾਂ ਦੇ ਜੀ ਆਫਿਸ ਪਹੁੰਚ ਗਏ ਐਚ ਐਮ ਵੀ ਦੇ ਹਾਂ ਉੱਥੇ ਸਾਨੂੰ ਅੱਗੋਂ ਜ਼ਾਹਿਰ ਸਾਹਿਬ ਮਿਲੇ ਉਸ ਵੇਲੇ ਉਹ ਹੋਲੀ ਸੋਲੀ ਸੀ ਹਾਂ ਜੀ ਉਹੀ ਸੀਗੇ ਹਾਂ ਜੀ ਹਾਂ ਹਾਂ ਇਹ ਜ਼ਹੀਰ ਸਾਹਿਬ ਨੂੰ ਪਤਾ ਲੱਗਿਆ ਵੀ ਪੰਜਾਬ ਤੋਂ ਕਲਾਕਾਰ ਆਏ ਆ ਤਾਂ ਵੈਸੇ ਹੀ ਉਹ ਮੂਡ ਵਿੱਚ ਬਹਿ ਗਏ ਕਹਿੰਦੇ ਚਲੋ ਸੁਣਾਓ ਜੀ ਕੁਝ ਹੂੰ ਅਸੀਂ ਉੱਥੇ ਫਿਰ ਪੰਜਾਬੀ ਡਿਊਟ ਗਾਇਆ ਮੈਂ ਯਸ਼ ਲੁਧਿਆਣਵੀ ਨਾਲ ਹੂੰ ਤੇ ਉਹ ਜ਼ਹੀਰ ਸਾਹਿਬ ਨੂੰ ਉਹ ਚੰਗਾ ਲੱਗਿਆ ਤੇ ਉਹ ਕਹਿੰਦੇ ਜੀ ਜੇ ਤੁਸੀਂ ਰਿਕਾਰਡਿੰਗ ਕਰਵਾਣੀ ਹੈ ਤੇ ਕਰਵਾਓ ਹਾਂ ਉਹੀ ਗੀਤ ਤੇ ਉਹ ਦਿਨ ਚੜਦੇ ਨੂੰ ਅਗਲੇ ਦਿਨ ਸਾਡੀ ਰਿਕਾਰਡਿੰਗ ਹੋ ਗਈ ਉੱਥੇ ਅੱਛਾ ਇਹ ਇਹਨੇ ਲੱਕੀ ਅਸੀਂ ਨਿਕਲੇ ਆ ਵੀ ਲੋਕ ਤਰਸਦੇ ਸੀਗੇ ਵੀ ਇੱਚੀ ਦੇ ਵਿੱਚ ਰਿਕਾਰਡਿੰਗ ਹੋਵੇ ਤੇ ਸਾਡੀ ਰਿਕਾਰਡਿੰਗ ਰਾਹ ਜਾਂਦਾ ਹੀ ਹੋ ਗਈ ਹਾਂ ਹਾਂ ਤੇ ਇਹ ਸਭ ਤੋਂ ਪਹਿਲੀ ਰਿਕਾਰਡਿੰਗ ਸੀਗੀ ਮੇਰੀ ਹਾਂ ਅੱਛਾ 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 ਯਸ਼ਲੂ ਦੀ ਆਂਦੀ ਨਾਲ ਪਰ ਫਿਰ ਉਹਦੇ ਵਿੱਚ ਗੀਤ ਇੱਕ ਨਹੀਂ ਫਿਰ ਫਿਰ ਤੁਸੀਂ ਹੋਰ ਵੀ ਕੀਤੇ ਹੋਣੇ ਤਿੰਨ ਚਾਰ ਤੱਕ ਕੀਤੇ ਹੋਣੇ ਈਪੀ ਹੋਣਾ ਹਾਂਜੀ ਦੋ ਗੀਤ ਤਾਂ ਅਸੀਂ ਗਾਏ ਸੀਗੇ ਹੂੰ ਤੇ ਦੋ ਗੀਤ ਉਹਨਾਂ ਨੇ ਅ ਅੰਮ੍ਰਿਤਸਰ ਦੀ ਕੋਈ ਜੋੜੀ ਸੀਗੀ ਅੱਛਾ ਜੀ ਦੋ ਗੀਤ ਉਹਨਾਂ ਨੇ ਉਹਦੇ ਪਾਏ ਤਾਂ ਈਪੀ ਰਿਕਾਰਡ ਕੱਢਿਆ ਸੀ ਈਪੀ ਕੱਢਿਆ ਅੱਛਾ ਜੀ ਇਹ ਮੇਰੀ ਸਭ ਤੋਂ ਪਹਿਲੀ ਰਿਕਾਰਡਿੰਗ ਸੀ ਹਾਂ ਜਿਹੜਾ ਤੁਹਾਡਾ ਸਭ ਤੋਂ ਮਸ਼ਹੂਰ ਗੀਤ ਆ ਜੀ ਕੱਢਣਾ ਰੁਮਾਲ ਦੇ ਗਿਓ ਹਾਂਜੀ ਜੀ ਤੇ ਉਹ ਉਹਦੇ ਨਾਲ ਤੁਹਾਡੀ ਪਛਾਣ ਪਹਿਲਾਂ ਬਹੁਤ ਬਣੀ ਚਲੋ ਬਾਅਦ ਚ ਤਾਂ ਤੁਸੀਂ ਬਹੁਤ ਗਾਇਆ ਜੀ ਉਹ ਲਿਖਿਆ ਵੀ ਤੁਹਾਡੇ ਹਸਬੈਂਡ ਹੋਣਾ ਦਾ ਮਹਿੰਦਰ ਸਿੰਘ ਹੋਣਾ ਦਾ ਹਾਂਜੀ ਜੀ ਜੀ ਤੇ ਉਹ ਕਦੋਂ ਰਿਕਾਰਡ ਹੋਇਆ ਜੀ ਉਹ ਰਿਕਾਰਡਿੰਗ ਹੋਈ ਸੀਗੀ ਮੈਂ ਮਾਨਕ ਦੇ ਨਾਲ ਗਈ ਸੀ ਦਿੱਲੀ ਰਿਕਾਰਡਿੰਗ ਲਈ ਹੂੰ ਕੈਪਕੋ ਕੰਪਨੀ ਵਿੱਚ ਰਿਕਾਰਡਿੰਗ ਹੋਈ ਸੀ ਉਹਦੀ ਹੂੰ ਇਹ ਉਸ ਰਿਕਾਰਡਿੰਗ ਦੇ ਵਿੱਚ ਮਾਨਕ ਦੇ ਤਾਂ ਕਾਫੀ ਸਾਰੇ ਸੋਲੋ ਗੀਤ ਸੀਗੇ ਕਲੀਆਂ ਸੀਗੀਆਂ ਹਾਂਜੀ ਤੇ ਮੇਰੇ ਸਾਰੇ ਡਿਊਟ ਸੀ ਹੂੰ ਤਾਂ ਉਹ ਤੇ ਚਰਨਜੀਤ ਅਹੂਜਾ ਸਾਹਿਬ ਸਾਨੂੰ ਇਹ ਉਸ ਕੰਪਨੀ ਦੇ ਵਿੱਚ ਉਹ ਲੈ ਕੇ ਗਏ ਸੀ ਅੱਛਾ ਜੀ ਤੇ ਅਹੂਜਾ ਸਾਹਿਬ ਤਾਂ ਬਾਅਦ ਚ ਬਣਿਆ ਪਹਿਲਾ ਚਰਨਜੀਤ ਹੀ ਹੁੰਦਾ ਸੀ ਹਾਂਜੀ 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 ਉਹ ਤਾਂ ਜਨਰੇਸ਼ਨ ਬਦਲਣ ਨਾਲ ਹੋ ਜਾਂਦਾ ਹਾਂਜੀ 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 ਉਹਨਾਂ ਨੇ ਫਿਰ ਇਹ ਕਿਹਾ ਕਹਿੰਦੇ ਵੀ ਇਹ ਕੁੜੀ ਦਾ ਵਿੱਚ ਸੋਲੋ ਗੀਤ ਕੋਈ ਵੀ ਹੈ ਨੀਗਾ ਹੂੰ ਤੇ ਵੀ ਮਾਨਕ ਦੇ ਸੋਲੋ ਕਿੰਨੇ ਸਾਰੇ ਆ ਵੀ ਇੱਕ ਗੀਤ ਕੁੜੀ ਦਾ ਵੀ ਜ਼ਰੂਰ ਵਿੱਚ ਕਰੋ ਹਾਂਜੀ ਤੇ ਉਹ ਗੀਤ ਇਹ ਮੇਰਾ ਕੱਢਣਾ ਰਮਾਲ ਦੇ ਕਿਉਂ ਰਿਕਾਰਡ ਹੋਇਆ ਸੀ ਅੱਛਾ ਜੀ ਅੱਛਾ ਜੀ ਤਾਂ ਇਹ ਸਮਝੋ ਵੀ ਇੰਨਾ ਪਸੰਦ ਕੀਤਾ ਲੋਕਾਂ ਨੇ ਤੇ ਉਹ ਮੇਰੀ ਪਹਿਚਾਣ ਹੀ ਬਣ ਗਿਆ ਹਾਂ ਹਾਂ ਤੇ ਗੁਲਸ਼ਨ ਕੋਮਲ ਕੱਢਣਾ ਰੁਮਾਲ ਦੇ ਕਿਉਂ ਵਾਲੀ ਬਣ ਗਈ ਕੋਈ ਹੋਰ ਉਸ ਵੇਲੇ ਦੀ ਕੋਈ ਗੱਲ ਸੁਣਾਓ ਕੋਈ ਸਟੇਜ ਤੇ ਕੋਈ ਕੋਈ ਕਲਾਕਾਰੀ ਦੀ ਅ ਮਾਣਕ ਉਹਨਾਂ ਦੀ ਸਟੇਜ ਤੇ ਕਈ ਵਾਰੀ ਐਦਾਂ ਹੁੰਦਾ ਸੀਗਾ ਬਈ ਜਿਵੇਂ ਆਪਣੇ ਆਪ ਤੇ ਵਿਸ਼ਵਾਸ ਹੁੰਦਾ ਨਾ ਹਾਂਜੀ ਤੇ ਮੈਂ ਇਹ ਕਰ ਗੁਜ਼ਰਨਾ ਹੈ ਹੂੰ ਤੇ ਕਈ ਵਾਰੀ ਨਾਲ ਦੇ ਨੂੰ ਇੰਨਾ ਕੌਨਫੀਡੈਂਸ ਹੁੰਦਾ ਵਾ ਵੀ ਜੇ ਆਹ ਗੱਲ ਕਹੀ ਤੇ ਇਹਨੇ ਕਰ ਲੈਣੀ ਹੈ ਕਰ ਲੈਣੀ ਹਾਂ ਯਾਨੀ ਇਹ ਸੈਟਿੰਗ ਇੰਨੀ ਸੋਹਣੀ ਹੋ ਗਈ ਸੀਗੀ ਹੂੰ ਵੀ ਸਟੇ ਤੇ ਜਾਣਾ ਸਾਨੂੰ ਪਤਾ ਹੀ ਨਹੀਂ ਹੁੰਦਾ ਸੀਗਾ ਵੀ ਸਟੇਜ ਤੇ 2 ਘੰਟੇ ਕੰਮ ਕੀਤਾ ਕੰਮ ਕੀਤਾ ਹੋ ਗਿਆ ਜੀ ਹਾ 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 ਇਹ ਬੜੀ ਵਧੀਆ ਗੱਲ ਹੁੰਦੀ ਸੀ ਉਸ ਵੇਲੇ ਹਾਂਜੀ ਸ਼ੁਰੂ ਹੋਏ ਤੇ ਖਤਮ ਕਰਤੇ ਹਾਂ ਤੇ ਪਤਾ ਹੀ ਨਹੀਂ ਸੀ ਲੱਗਦਾ ਵੀ ਟਾਈਮ ਕਿਹੜੇ ਵੇਲੇ ਨਿਕਲ ਜਾਂਦਾ ਹਾਂ ਹਾਂ ਇੱਕ ਤੁਹਾਨੂੰ ਮੈਂ ਹਾਸੇ ਵਾਲੀ ਗੱਲ ਸੁਣਾਨੀ ਆ ਹਾਂਜੀ ਸਾਡੇ ਨਾਲ ਢੋਲਕਤੇ ਹੁੰਦੇ ਸੀਗੇ ਖੁਸ਼ੀ ਮੁਹੰਮਦ ਜੀ ਹੂੰ ਛੋਟੇ ਜਿਹੇ ਕਦ ਦੇ ਸੀਗੇ ਹਾਂਜੀ ਤੇ ਅਸੀਂ ਸਟੇਜ ਤੇ ਗਏ ਤੇ ਸਟੇਜ ਕਰਕੇ ਤੇ ਜਦੋਂ ਅਸੀਂ ਵਾਪਸ ਉਤਰੇ ਆਂ ਹਾਂਜੀ ਤੇ ਇੱਕ ਸਟੇਜ ਦੇ ਕੋਲ ਹੀ ਕੋਈ ਬੰਦਾ ਬੈਠਾ ਸੀਗਾ ਹੂੰ ਕਹਿੰਦਾ ਕਿ ਯਾਰ ਨिके ਨिके ਜਾਈ ਹੈਗੇ ਆ ਇਹ ਤਿੰਨੇ ਚਾਰੇ ਜਣੇ ਤੇ ਕਿੱਡੀ ਸੋਹਣੀ ਸਟੇਜ ਕਿੰਨਾ ਸੋਹਣਾ ਕੰਮ ਕਰਕੇ ਗਏ ਆ ਕਿਉਂਕਿ ਦੇਖੋ ਮੇਰਾ ਵੀ ਕਾ ਦੋਨਾਂ ਕਿਸੇ ਮਾਣਕ ਦਾ ਵੀ ਕਾ ਦੋਨਾਂ ਕਿਸੇ ਤੇ ਉਹ ਖੁਸ਼ੀ ਮੁਹੰਮਦ ਉਹਨਾਮੀ ਕਾ ਦੋਨਾ ਸੀ ਅਸੀਂ ਵਾਂਚ ਗੱਡੀ 'ਚ ਬੈਠ ਕੇ ਇੰਨਾ ਹੱਸੇ ਕਿੰਦਾ ਲ ਕੁਮਾਰ ਹੀ ਕਰੀ ਜਾਂਦੇ ਆ ਨਿਕੇ ਨਿਕੇ ਜੇ ਹੈਗੇ ਸਾਰੇ ਜਣੇ ਆ ਨਹੀਂ ਉਹਨੂੰ ਦੇਖੋ ਉਦੋਂ ਉੱਥੇ ਇੰਡੀਆ 'ਚ ਹੁੰਦਾ ਨਹੀਂ ਸੀਗਾ ਬਾਸਕਟਬਾਲ ਇੰਨਾ ਮਸ਼ਹੂਰ ਹਾਂਜੀ ਜੀ ਹਾਂਜੀ ਤੇ ਪਰ ਹੁਣ ਅਸੀਂ ਕਹਿ ਸਕਦੇ ਆ ਵੀ ਗਾਣੇ ਗਏ ਸੀ ਕਿਹੜਾ ਬਾਸਕਟਬਾਲ ਖੇਲਣ ਗਏ ਸੀ ਹਨਾ ਤੇ ਗਾਉਣ ਦੇ ਨਾਲ ਕੋਈ ਕੱਦ ਦਾ ਤਾਂ ਸਬੰਧ ਨਹੀਂ ਪਰ ਹਾਂ ਇਦਾਂ ਲੱਗਦਾ ਹੁੰਦਾ ਸੀ ਇਹ ਗੱਲ ਲੋਕਾਂ ਨੇ ਬਹੁਤ ਕਹਿਣੀ ਜਦੋਂ ਨਾ ਮਾਨਕ ਹੋਣਾ ਨਿਆਣਾ ਜਦੋਂ ਉਹਨਾਂ ਦਾ ਜੀ ਕਰਨਾ ਉਹਨਾਂ ਨੇ ਸੁਰ ਚੰਗਾ ਉੱਚਾ ਰੱਖ ਲੈਣਾ ਹਾਂਜੀ ਹੂੰ ਤੇ ਕੋਈ ਗੀਤ ਗਾਉਣ ਲੱਗ ਪੈਣਾ ਤੇ ਜਦੋਂ ਉਹਨਾਂ ਦੇ ਪਿੱਛੇ ਗਾਉਣ ਵਾਲਿਆਂ ਦਾ ਫਿਰ ਪੂਰਾ ਜ਼ੋਰ ਲੱਗਣਾ ਤਾਂ ਉਹਨਾਂ ਨੇ ਬੜਾ ਨਜ਼ਾਰਾ ਲੈਣਾ ਉਸ ਗੱਲ 'ਚ ਹਨਾ ਤੇ ਉਹ ਨੋਨੋ ਨੇ ਕਹਣਾ ਦੇਖ ਇਹਨਾਂ ਦੇ ਕਦ ਕਿੱਡੇ ਕਿੱਡੇ ਆ ਤੇ ਹੁਣ ਇਹ ਗਾ ਨਹੀਂ ਸਕਦੇ ਪਰ ਗੱਲ ਇਹ ਆ ਕਿ ਆਵਾਜ਼ ਨਾਲ ਗਾਣ ਨਾਲ ਕਦ ਦਾ ਕੋਈ ਸਬੰਧ ਨਹੀਂ ਹੈ ਹਾਂਜੀ ਤੇ ਉਹ ਤਾਂ ਜੇਦੀ ਨਿਕਣਾ ਲੱਗ ਪਈ ਤੇ ਪਰ ਤੁਸੀਂ ਇਹ ਗੱਲ ਬਹੁਤ ਵਧੀਆ ਕੀਤੀ ਆ ਕਿ ਜਿਹੜਾ ਸਟੇਜ ਤੇ ਜਾ ਕੇ ਜੇ ਰਾਸ ਰਲਦੀ ਹੋਵੇ ਨਾ ਜੀ ਸਟੇਜ ਤੇ ਜੀ ਆ ਫਿਰ ਪਤਾ ਹੀ ਨਹੀਂ ਲੱਗਦਾ ਜੀ ਕਿਹੜੇ ਵੇਲੇ ਸਮਾਂ ਗੁਜ਼ਰ ਜਾਂਦਾ ਹਾਂ ਕਿਹੜੇ ਵੇਲੇ ਟਾਈਮ ਹੋ ਗਿਆ ਤੇ ਫਿਰ ਤੁਸੀਂ ਤੁਸੀਂ ਸਭ ਤੋਂ ਪਹਿਲਾਂ ਬਾਹਰਲਾ ਟੂਰ ਕਦੋਂ ਕੀਤਾ ਜੀ 81 ਚ ਕੀਤਾ ਜੀ ਹੂੰ ਆ ਵੈਨਕੂਵਰ ਗਏ ਸੀ ਅਸੀਂ ਹੂੰ ਤਿੰਨ ਸਾਲ ਫਿਰ ਲਗਾਤਾਰ ਅਸੀਂ ਗਏ ਹਾਂ 81 82 83 ਹੂੰ ਉਸ ਤੋਂ ਬਾਅਦ ਗਰੁੱਪ ਦੇ ਤੌਰ ਤੇ ਤਾਂ ਕਾਫੀ ਟੂਰ ਕੱਢੇ ਐ ਹਾਂਜੀ ਹਾਂਜੀ ਫਿਰ ਮੈਂ ਉਸ ਤੋਂ ਬਾਅਦ ਗਰੁੱਪ ਛੱਡ ਦਿੱਤਾ ਸੀ ਕੱਲੀ ਵੀ ਕੰਮ ਕਰਦੀ ਰਹੀਆਂ ਮੈਂ ਆਪਣਾ ਗਰੁੱਪ ਬਣਾ ਕੇ ਹਾਂਜੀ ਹਾਂਜੀ ਉਸ ਤੋਂ ਬਾਅਦ ਮੈਂ ਬੈਲਜੀਅਮ ਦਾ ਟੂਰ ਕੱਢਿਆ ਹਾਂਗਕਾਂਗ ਗਈਆਂ ਹਾਂਜੀ ਤੇ ਇਹ ਮੇਰੇ ਆਪਣੇ ਕੱਲੀ ਦੇ ਟੂਰ ਸੀਗੇ ਹਾਂਜੀ ਜਦੋਂ ਤੁਸੀਂ ਪਹਿਲਾਂ 81 ਚ ਆਏ ਆ ਵੈਨਕੂਵਰ ਜੀ ਤੇ ਹੁਣ ਜਦੋਂ ਤੁਸੀਂ ਬਾਹਰ ਜਾਂਦੇ ਆ ਹੁਣ ਤੁਸੀਂ ਆਸਟ੍ਰੇਲੀਆ ਜਾਂਦੇ ਆ ਜਾਂ ਕਿਤੇ ਵੀ ਦੇਖਦੇ ਆ ਮੈਲਬਰਨ ਦੇ ਵਿੱਚ ਜਾਂ ਹੋਰ ਜੀ بڑے ਸ਼ਹਿਰਾਂ ਦੇ ਵਿੱਚ ਟ੍ਰਾਂਟੋ ਹੋ ਗਿਆ ਵੈਨਕੂਵਰ ਹੋ ਗਿਆ ਹਾਂਜੀ ਜੀ ਉਦੋਂ ਜਿਹੜੇ ਪੰਜਾਬੀ ਸੀਗੇ ਉਹ ਉਹ ਬਹੁਤ ਪੰਜਾਬੀ ਐਂਟਰਟੇਨਮੈਂਟ ਲਈ ਤਰਸੇ ਹੋਏ ਸੀ ਬਾਹਰ ਹਾਂਜੀ ਹੂੰ ਤੇ ਹੁਣ ਮੇਰਾ ਖਿਆਲ ਬਾਹਰ ਸ਼ੋਅ ਜ਼ਿਆਦਾ ਹੁੰਦੇ ਆ ਇੰਡੀਆ ਦੇ ਵਿੱਚ ਦੇ ਨਾਲੋਂ ਵੀ ਕਈ ਵਾਰ ਕੀ ਫਰਕ ਤੁਹਾਨੂੰ ਨਜ਼ਰ ਆਇਆ ਕਿ ਜਦੋਂ ਤੁਸੀਂ 81 'ਚ ਜਾਂਦੇ ਆ ਤੇ ਹੁਣ 2000s ਦੇ ਵਿੱਚ ਜਾਂਦੇ ਆ ਜਿਹੜੀ ਸੁਣਨ ਵਾਲਿਆਂ ਦੀ ਤਾਦਾਦ ਤਾਂ ਉਨੀ ਹੀ ਸੀਗੀ ਹਾਂਜੀ ਮਤਲਬ ਬਹੁਤ ਵਧੀਆ ਤਰ੍ਹਾਂ ਸੁਣਦੇ ਸੀਗੇ ਬਹੁਤ ਬਹੁਤ ਚੀਜ਼ ਪਸੰਦ ਆਉਂਦੀ ਹਾਂ ਹਾਂਜੀ ਹਾਂਜੀ ਬਹੁਤ ਸਾਰੇ ਕਰਦੇ ਸੀਗੇ ਹਾਂ 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 ਤੇ 96 ਵਿੱਚ ਜਦੋਂ ਐਂਡ 'ਚ ਗਈਆਂ ਉਦੋਂ ਤਾਂ ਫਿਰ ਗੱਲ ਹੀ ਕੋਈ ਕਹਿੰਦੇ ਹੁੰਦੇ ਆ ਸੋਚ ਤੋਂ ਪਰੇ ਸੀਗੀ ਕਿ ਇੱਕ ਤਾਂ ਕਲਾਕਾਰ ਇੰਨੇ ਸੀਗੇ ਇੱਕੋ ਸ਼ੋਅ ਇੰਨੇ ਭਰਵੇਂ ਸੀਗੇ ਹਾਂਜੀ ਹਾਂਜੀ ਤਾਂ ਫਰਕ ਤਾਂ ਐਂ ਕਹਿ ਲਓ ਵੀ ਜ਼ਮੀਨ ਆ ਸਮਾਨ ਦਾ ਫਰਕ ਸੀ ਹਾਂਜੀ 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 ਮੈਂ ਜਦੋਂ 97 ਤੋਂ ਬਾਅਦ ਗਈ ਨਹੀਂ ਨਾ ਬਹੁਤ ਤੇਰ ਹੋ ਗਈ ਮੈਨੂੰ ਤਾਂ ਇੱਧਰ ਆਇਆ ਨੂੰ ਹਾਂ ਇਸ ਕਰਕੇ ਜਿਹੜਾ ਅੱਜ ਕੱਲ ਮਾਹੌਲ ਕੀ ਚੱਲਦਾ ਇਹਦੇ ਬਾਰੇ ਅਜੇ ਮੈਂ ਕੁਝ ਨਹੀਂ ਕਹਿ ਸਕਦੀ ਨਾ ਵੀ ਕਿੰਨਾ ਕੁ ਫਰਕ ਆ ਗਿਆ ਹਾਂਜੀ 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 ਉਹਨੇ ਮੈਂ ਤਾਂ ਕਹਿਆ ਨਾ ਤੁਹਾਡੀ ਤੁਹਾਡੀ ਬੇਟੀ ਆਸਟ੍ਰੇਲੀਆ ਹੁਣ ਹਾਂਜੀ 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 ਤੇ ਤੁਸੀਂ ਉੱਥੇ ਜਾਣਦੇ ਵੀ ਰਹਿੰਨੇ ਆ ਹਾਂ ਤੇ ਜੇ ਜਾਣ ਕੇ ਸ਼ੋਹ ਦੀ ਗੱਲ ਨਾ ਵੀ ਕਰੀਏ ਉਦਾਂ ਵੀ ਤੁਰਨ ਫਿਰਨ ਵਿੱਚ ਵੀ ਦੇਖੋ ਤਾਂ ਦੁਨੀਆ ਕਿੱਦਾਂ ਹੋ ਗਈ ਹੁਣ ਅੱਗੇ ਤਾਂ ਪਤਾ ਹੀ ਨਹੀਂ ਸੀ ਹੁੰਦਾ ਕਿ ਆਸਟ੍ਰੇਲੀਆ ਵੀ ਕਿਸੇ ਨੂੰ ਸਾਨੂੰ ਦੇਸ਼ ਆ ਕਿ ਕੰਟਰੀ ਆ ਕਿ ਕਿ ਮਹਾਦੀਪ ਆ ਕਿ ਕੀ ਚੀਜ਼ ਆ ਹਾਂਜੀ ਤੇ ਹੁਣ ਹੁਣ ਹਰ ਇੱਕ ਬੰਦਾ ਬਸ ਘੁੰਮ ਰਿਹਾ ਸਾਰੀ ਦੁਨੀਆ ਛੋਟੇ ਹੁੰਦੇ ਆ ਇੱਕ ਤਾਂ ਅਸੀਂ ਸਾਰੇ ਭੈਣ ਭਰਾ ਰਾਮਲੀਲਾ ਜ਼ਰੂਰ ਦੇਖਣ ਜਾਂਦੇ ਹੁੰਦੇ ਸੀ। ਅੱਛਾ ਜੀ। ਉਦੋਂ ਇੰਟਰਟੇਨਮੈਂਟ ਉਹੀ ਹੁੰਦਾ ਸੀ ਜੀ। ਉਦੋਂ ਬਸ ਆਹੀ ਹੁੰਦਾ ਸੀ। ਹਾਂ। ਉਹ ਹੁਣ ਮੇਲੇ ਤਾਂ ਦੇਖੋ ਹੁਣ ਵੀ ਲੱਗਦੇ ਆ। ਹਾਂਜੀ। ਤੇ ਪਰ ਜਿਹੜਾ ਉਹ ਮੇਲਾ ਵੇਖਣਾ ਸੀਗਾ ਉਹ ਸਾਨੂੰ ਕੁਝ ਆਪਣੇ ਹਿਸਾਬ ਨਾਲ ਵੱਖਰੀ ਤਰ੍ਹਾਂ ਦਾ ਲੱਗਦਾ ਹੈ। ਅੱਜ ਕੱਲ੍ਹ ਝੂਲੇ ਚੱਲੇ ਆ ਮਾਰ ਐਨੀ ਤਰ੍ਹਾਂ ਦੇ। ਹਾਂਜੀ। ਸਾਨੂੰ ਝੂਲੇ ਉਹ ਚੇਤੇ ਆਉਂਦੇ ਆ ਜਿਹੜੇ ਇੱਕ ਇੱਕ ਬਾਕਸ ਦੇ ਵਿੱਚ 5-5 4-4 ਜਣੇ ਬਹਿ ਕੇ ਤੇ ਐ ਉੱਪਰੋਂ ਐ ਘੁੰਮਦੇ ਹੁੰਦੇ ਸੀ ਹਾਂ ਤੇ ਸਾਨੂੰ ਉਹ ਚੇਤੇ ਆਉਂਦੇ ਆ ਤੇ ਇਹ ਦੇਖਦੇ ਜਿਹੜੇ ਐ ਚੱਲਦੇ ਆ ਨਵੇਂ-ਨਵੇਂ ਚੱਲੇ ਆ ਹਾਂਜੀ ਤੇ ਉਹਦੋਂ ਅਸੀਂ 1 ਰੁਪਿਆ ਲੈ ਕੇ ਤਾਂ ਸਾਰਾ ਮੇਲਾ ਵੇਖ ਆਉਂਦੇ ਹੁੰਦੇ ਸੀ ਹਾਂ ਦੇਖ ਲਾਓ ਤੇ ਸਾਡੇ ਦਾਦੀ ਜੀ ਨੇ ਸਾਨੂੰ ਨਾਲ ਲੈ ਕੇ ਜਾਣਾ ਵੀ ਚਲੋ ਤੁਹਾਨੂੰ ਮੇਲਾ ਦਿਖਾ ਕੇ ਲੈ ਕੇ ਆਉਣੇ ਆ ਹੂੰ ਹੂੰ ਹੈਨਾ ਇਹ ਬਚਪਨ ਦੀਆਂ ਗੱਲਾਂ ਹੁਣ ਵੀ ਚੇਤੇ ਤਾਂ ਆਉਂਦੀਆਂ ਨੇ ਪਰ ਉਹ ਟਾਈਮ ਬਸ ਬਹੁਤ ਵਧੀਆ ਹੁੰਦਾ ਸੀ ਹੂੰ ਉਹ ਟਾਈਮ ਨਾ ਹੱਥੋਂ ਖਿਸਕ ਗਿਆ ਹਾਂਜੀ ਖਿਸਕ ਗਿਆ ਹੁਣ ਵਾਲੇ ਤਾਂ ਚਲੋ ਹੈ ਤਾਂ ਸਹੀ ਜੋ ਵੀ ਹੈ ਠੀਕ ਆ ਚੱਲ ਰਿਹਾ ਟਾਈਮ ਦੇ ਹਿਸਾਬ ਨਾਲ ਹਾਂਜੀ 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 ਪਰ ਸਾਨੂੰ ਫਿਰ ਆਪਣਾ ਵੇਲਾ ਬੜਾ ਯਾਦ ਆਉਂਦਾ ਹੈ ਹਰ ਇੱਕ ਬੰਦਾ ਭਾਵੇਂ ਉਹ ਗ੍ਰੈਂਡਪੇਰੈਂਟ ਬਣ ਜਾਵੇ ਚਾਹੇ ਗ੍ਰੇਟ ਗ੍ਰੈਂਡਪੇਰੈਂਟ ਬਣ ਜਾਵੇ ਜੀ ਹਾਂਜੀ ਦਾਦੀ ਨਾਨੀ ਬਣ ਜਵੇ ਜਾਂ ਪਰਦਾਦੀ ਪਰਨਾਨੀ ਬਣ ਜਵੇ ਕੋਈ ਹਾਂਜੀ ਹਾਂ ਹਾਂ ਪਰ ਜਦੋਂ ਆਪ ਛੋਟੇ ਸਗੇ 6 ਸਾਲ 5 ਸਾਲ ਤੁਸੀਂ ਜਿੱਦਾਂ ਗੱਲ ਕੀਤੀ ਆ ਕਿ ਤੁਹਾਡੀ ਦਾਦੀ ਨੇ ਉਂਗਲੀ ਫੜ ਕੇ ਤੁਹਾਨੂੰ ਰਾਮਲੀਲਾ ਨੂੰ ਲੈ ਕੇ ਜਾਣਾ ਹਾਂਜੀ ਹਾਂਜੀ ਉਹ ਸਮਾਂ ਨਹੀਂ ਭੁੱਲਦਾ ਉਹ ਨਹੀਂ ਭੁੱਲਦਾ ਜੀ ਉਹ ਜਣੀ ਯਾਦਾਂ ਚ ਲਿਖਿਆ ਹੋਇਆ ਆ ਤੇ ਜਦੋਂ ਤੁਸੀਂ ਕਿਸੇ ਆਪਣੇ ਬੱਚੇ ਨੂੰ ਦੱਸੋ ਉਹਨਾਂ ਨੂੰ ਇਹ ਯਕੀਨ ਨਹੀਂ ਆਦਾ ਕਿ ਸਾਡੀ ਦਾਦੀ ਵੀ ਇੰਧਾ ਛੋਟੀ ਜਿਹੀ ਹੋਊਗੀ ਹਾਂਜੀ ਸਹੀ ਗੱਲ ਹੈ ਬਿਲਕੁਲ ਸਹੀ ਤੁਸੀਂ ਇਹ ਕਰਿਆ ਕਰੋ ਇਹਨਾਂ ਨੂੰ ਨਾ ਕਹਾਣੀਆਂ ਦੱਸਿਆ ਕਰੋ ਸੁਣਾਈ ਦਿਆਂ ਨੇ ਬੜੇ ਹੈਰਾਨ ਹੁੰਦੇ ਆ ਹਾਂ ਆ ਮੇਰਾ ਪੋਤਾ ਇਹਨੂੰ ਮੈਂ ਦਾਦੀ ਹੁੰਨੀ ਹੈ ਇਹ ਜਦੋਂ ਆ ਹੁਣ ਰਾਮਲੀਲਾ ਪਿੱਛੇ ਜੇ ਲੰਘ ਕੇ ਗਈ ਹੈ ਹਾਂਜੀ ਦਸਹਿਰਾ ਲੰਘ ਕੇ ਗਿਆ ਦਸਹਿਰੇ ਦਾ ਮੇਲਾ ਦੇਖਣ ਗਿਆ ਹੈ ਤੇ ਮੈਨੂੰ ਪੁੱਛਦਾ ਸੀ ਵੀ ਦਾਦੀ ਤੁਸੀਂ ਵੀ ਦੇਖਦੇ ਹੁੰਦੇ ਸੀਗੇ ਹਾਂ ਤੇ ਮੈਂ ਉਹਨੂੰ ਦੱਸਿਆ ਮੈਂ ਕਿਹਾ ਹਾਂ ਸਾਡੀ ਦਾਦੀ ਸਾਨੂੰ ਲੈ ਕੇ ਜਾਂਦੀ ਹੁੰਦੀ ਸੀਗੀ ਹਾਂ ਤੇ ਮੈਂ ਕਿਹਾ ਅੱਜ ਕੱਲ ਤੁਸੀਂ ਦਾਦੀ ਨੂੰ ਕਹਿੰਨੇ ਹੋ ਵੀ ਅਸੀਂ ਆਪੇ ਹੀ ਦੇਖ ਆਵਾਂਗੇ ਤੁਸੀਂ ਘਰੇ ਬੈਠੋ ਕਿੰਨਾ ਫਰਕ ਆ ਦੇਖੋ ਹਾਂਜੀ 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 ਸਮਾ ਬਹੁਤ ਬਦਲ ਗਿਆ ਪਰ ਇੱਕ ਜ਼ਰੂਰ ਆ ਕਿ ਇਹ ਜਿੱਦਾਂ ਟੈਕਨੋਲੋਜੀ ਨੇ ਕਈ ਇਹਦੇ ਸਾਨੂੰ ਕਈ ਫਾਇਦੇ ਵੀ ਹੋਏ ਆ ਤੇ ਕਈ ਤਰੀਕਿਆਂ ਨਾਲ ਬੰਦਾ ਇੱਕ ਦੂਜੇ ਤੋਂ ਦੂਰ ਵੀ ਹੋ ਗਿਆ ਦੂਰ ਵੀ ਹੋ ਗਿਆ ਹਾਂ ਤੇ ਹੁਣ ਤਾਂ ਕਈ ਵਾਰੀ ਇਦਾਂ ਆ ਕਿ ਜਿਹੜਾ ਹੁਣ ਨਿਆਣਾ ਆ ਉਹ ਆਪਣੇ ਬੈਡਰੂਮ ਦੇ ਵਿੱਚੋਂ ਕਿਚਨ ਚੋਂ ਵੀ ਟੈਕਸਟ ਕਰਦਾ ਹਾਂਜੀ ਕਿ ਮੇਰਾ ਖਾਣਾ ਬਣਾ ਦਿਓ ਤੇ ਅੱਗੇ ਹੁੰਦਾ ਸੀ ਇਦਾਂ ਦੀ ਗੱਲ ਬੰਦਾ ਸੋਚ ਵੀ ਨਹੀਂ ਸਕਦਾ ਸੀ ਕਦੇ ਹਾਂਜੀ ਸਾਰੇ ਇਕੱਠੇ ਬੈਠ ਕੇ ਰੋਟੀ ਖਾਂਦੇ ਸੀ ਹਾਂਜੀ 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 ਤੁਸੀਂ ਆਪਣੀ ਨਾ ਆਪਣੀ ਮੰਮੀ ਦੀ ਕੋਈ ਗੱਲ ਨਹੀਂ ਸੁਣਾਈ ਕੋਈ ਉਹਨਾਂ ਦੀ ਵੀ ਸੁਣਾਓ ਕੋਈ ਆਪਣੇ ਮਾਤਾ ਜੀ ਦੀ ਵੀ ਅ ਮੰਮੀ ਮੇਰੇ ਬਿਲਕੁਲ ਕਰੇਲੂ ਟਾਈਪ ਜਿੱਦਾਂ ਸੀ ਨਾ ਹਾਂਜੀ ਤੇ ਬਈ ਉਹ ਜਿੱਦਾਂ ਪਿਛਲੇ ਜਮਾਨੇ 'ਚ ਹੁੰਦੇ ਸੀਗੇ ਬਈ ਅ ਬਹੁਤਾ ਬਾਹਰ ਨਹੀਂ ਜਾਣਾ ਬਹੁਤਾ ਕਿਸੇ ਨਾਲ ਗੱਲਬਾਤ ਨਹੀਂ ਕਰਨੀ ਥੋੜਾ ਜਾਂ ਸੰਗਾਊ ਕਿਸਮ ਦੇ ਸੀਗੇ ਹਮ ਤੇ ਯਾਨੀ ਜਿੱਦਾਂ ਮੇਰਾ ਸੁਭਾਅ ਮੇਰੇ ਮੰਮੀ ਤੇ ਨਹੀਂ ਹੈ ਮੇਰੇ ਡੈਡੀ ਤੇ ਹੈ ਹਾਂਜੀ ਆਊਟ ਗੋਇੰਗ ਆ ਹਾਂਜੀ 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 ਵੀ ਮੇਰੇ ਡੈਡੀ ਬਹੁਤ ਖੁੱਲ੍ਹਦਿਲੇ ਸੁਭਾਅ ਦੇ ਸੀਗੇ ਹਾਂ ਬੜੇ ਸ਼ੁਕੀਨ ਟਾਈਪ ਸੀਗੇ ਹੂੰ ਤੇ ਮੰਮੀ ਮੇਰੇ ਥੋੜਾ ਜਿਹਾ ਸੰਗਾਊ ਟਾਈਪ ਦੇ ਸੀਗੇ ਹਾਂ ਅੱਛਾ ਇਸ ਕਰਕੇ ਭਈ ਨਾ ਸਾਡੇ ਨਾਲ ਉਹਨਾਂ ਨੇ ਬਾਹਰ ਕਿਤੇ ਜਾਣਾ ਨਾ ਕਿਤੇ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਭਈ ਜੇ ਨਾ ਸਾਡੇ ਕੰਮਾਂ 'ਚ ਕੋਈ ਦਖਲ ਦੇਣਾ ਬਸ ਸਾਨੂੰ ਰੋਟੀਆਂ ਪਕਾ ਕੇ ਖਾਣੀਆਂ ਤੇ ਸਾਨੂੰ ਸੰਭਾਲਣਾ ਹਾਂ ਪਰ ਇਹ ਵੀ ਤਾਂ ਹੋ ਸਕਦਾ ਜੇ ਤੁਸੀਂ ਹੁਣ ਪਿੱਛੇੋਂ ਦੇਖੋ ਹਾਂਜੀ ਅ ਕਈ ਵਾਰ ਮੈਂ ਦੇਖਿਆ ਕਿ ਕਈ ਵਾਰ ਇਹ ਨਾ ਚੀਜ਼ਾਂ ਦਾ ਜੇ ਅਸੀਂ ਹੁਣ ਪੰਜਾਬੀ ਚ ਦਾ ਕਹਿੰਦੇ ਹੁੰਦੇ ਆ ਵਿਸ਼ਲੇਸ਼ਣ ਕਰੀਏ ਜਾਂ ਧਿਆਨ ਕਰੀਏ ਹਾਂਜੀ ਫਿਰ ਇਹ ਗੱਲ ਨਿਕਲਦੀ ਆ ਕਿ ਅਸਲ ਵਿੱਚ ਸ਼ਾਇਦ ਉਹ ਇਦਾਂ ਨਾ ਚਾਹੁੰਦੀ ਹੋਵੇ ਕਈ ਵਾਰੀ ਘਰ ਦਾ ਮਾਹੌਲ ਇਦਾਂ ਬਣ ਜਾਂਦਾ ਸੀਗਾ ਉਹਨਾਂ ਜ਼ਮਾਨਿਆਂ ਦੇ ਵਿੱਚ ਮਾਹੌਲ ਇਦਾਂ ਦਾ ਹਾਂਜੀ 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 ਅੱਜ ਕੱਲ ਕੋਈ ਹੁਣ ਤੁਸੀਂ ਗੀਤ ਵਗੈਰਾ ਕੁਝ ਕੱਢ ਰਹੇ ਆ ਆ ਰਿਹਾ ਤੁਹਾਡਾ ਕੋਈ ਪਿਛਲੇ ਸਾਲ ਆਏ ਆ ਹਾਂਜੀ ਤਾਂ ਅਜੇ ਚੱਲ ਰਿਹਾ ਕਿਉਂਕਿ ਰਿਕਾਰਡਿੰਗ ਦਾ ਸਿਸਟਮ ਵੀ ਇੱਥੇ ਥੋੜਾ ਜਿਹਾ ਚੇਂਜ ਹੋਇਆ ਹੋਇਆ ਹੈ ਹਾਂਜੀ ਅੱਗੇ ਰਿਕਾਰਡਿੰਗ ਹੁੰਦੀ ਸੀ ਕਿ ਵੀ ਕੰਪਨੀ ਵਾਲਿਆਂ ਨੇ ਖੁਦ ਤੁਹਾਨੂੰ ਕਹਿਣਾ ਵੀ ਹਾਂ ਤੁਸੀਂ ਆਓ ਰਿਕਾਰਡਿੰਗ ਕਰਵਾਓ ਹਾਂਜੀ ਹਾਂਜੀ ਅੱਜ ਕੱਲ ਟ੍ਰੈਂਡ ਇਹ ਚੱਲਿਆ ਹੋਇਆ ਵਾ ਵੀ ਆਪਣੇ ਪੈਸੇ ਖਰਚ ਲਓ ਤੇ ਗੀਤ ਰਿਕਾਰਡਿੰਗ ਕਰਵਾ ਲਓ ਹਾਂ ਇਹੀ ਗੱਲ ਤੇ ਕਈ ਵਾਰੀ ਹੁੰਦਾ ਵਾ ਵੀ ਜਿਹਨੇ ਗੀਤ ਲਿਖਿਆ ਉਹ ਕਹਿੰਦਾ ਵਾ ਜੀ ਲਓ ਮੈਂ ਪੈਸੇ ਖਰਚਦਾ ਵਾਂ ਵੀ ਮੈਂ ਨਹੀਂ ਰਿਕਾਰਡਿੰਗ ਤੁਸੀਂ ਕਰਵਾਓ ਹਾਂ ਤਾਂਗੇ ਬਦਲ ਗਏ ਯਾਨੀ ਪਹਿਲੇ ਵਾਂਗ ਕੋਈ ਗੱਲਾਂ ਲੱਭਦੀਆਂ ਹੀ ਨਹੀਂ ਗਈਆਂ ਬਹੁਤ-ਬਹੁਤ ਧੰਨਵਾਦ ਜੀ ਅ ਸਮਾਗਮ ਕੱਢਣ ਲਈ ਤੇ ਸਾਡੇ ਨਾਲ ਗੱਲਬਾਤ ਕਰਨ ਲਈ ਜੀ ਬਹੁਤ ਖੁਸ਼ੀ ਹੋਈ ਤੁਹਾਡੇ ਨਾਲ ਗੱਲਬਾਤ ਕਰਕੇ ਮੈਨੂੰ ਵੀ ਬਹੁਤ ਖੁਸ਼ੀ ਹੋਈ ਜੀ ਹਾਂ ਬਹੁਤ-ਬਹੁਤ ਧੰਨਵਾਦ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਪੰਜਾਬੀ ਪੌਡਕਾਸਟ ਨੂੰ ਸੁਣਨ ਲਈ ਬਹੁਤ-ਬਹੁਤ ਧੰਨਵਾਦ ਅਸੀਂ ਹਰ ਹਫਤੇ ਸ਼ੁੱਕਰਵਾਰ ਨੂੰ ਇੱਕ ਨਵਾਂ ਐਪੀਸੋਡ ਲੈ ਕੇ ਤੁਹਾਡੇ ਸਾਹਮਣੇ ਪੇਸ਼ ਹੁੰਦੇ ਹਾਂ ਜੇ ਤੁਹਾਨੂੰ ਪੰਜਾਬੀ ਪੌਡਕਾਸਟ ਪਸੰਦ ਆਉਂਦੀ ਆ ਤਾਂ ਇਹਨੂੰ ਕਿਸੇ ਨਾ ਕਿਸੇ ਦੇ ਨਾਲ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਅਗਲੇ ਹਫਤੇ ਫਿਰ ਇੱਕ ਨਵਾਂ ਐਪੀਸੋਡ ਲੈ ਕੇ ਤੁਹਾਡੇ ਸਾਹਮਣੇ ਪੇਸ਼ ਹੋਵਾਂਗੇ ਤਦ ਤੱਕ ਲਈ ਮੈਨੂੰ ਆਗਿਆ ਦਿਓ ਸੰਗਤਾਰ ਵੱਲੋਂ ਸਭ ਨੂੰ ਬਹੁਤ-ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ